ਚੱਲਦਾਈ ਦਾਰ ਨਹੀਂ ਟ੍ਰੈਂਡਿੰਗ ਚ ਮੁੰਡਾ ਜਿਵੇਂ ਕ੍ਰਿਸਚਨ ਤਿਆਰ ਨਹੀਂ ਹੋ ਜੱਤੀ ਆ ਯੱਟ ਵਾਚ ਦੇ ਕਮੀਨਾ ਵਾਲੇ ਨਹੀਂ ਵੱਡਾ ਬਲੈਕੀ ਮੁੰਡਾ ਵੱਡਾ ਬਲੈਕੀ ਮੁੰਡਾ ਸ਼ੌਂਕ ਜੋ ਪਾਲੇ ਨਹੀਂ ਲੰਡੂਆ ਕੋ ਪੋਕਦੇ ਨਹੀਂ ਕਹਿਣ ਤਾਂ ਹੀ ਸਾਲੇ ਨਹੀਂ सत श्री अकाल जी, मैं हाँ तुहाडा लखविंदर सिंह जी। आप जी मेरे चैनल ते मेरे चैनल सबसक्राइब कर दो, बैल आइकन का बटन दबा दो ता जो वीडियो दी आने वाली नवी तो नवी नोटिफिकेशन आप तक पहुँच रही। जे आप जी चाहते मैं किसी सौंग रिएक्शन देव तो यह मेरी इंस्टाग्राम की आईडी है, आप जी मैंने इंस्टाग्राम से लिंक सेंड कर सकते हो। सो अज जी वीडियो लैके आए हाँ वो वीडियो है प्रेम ढिल्लोंवीर जी का नव सौग आया है। सौग का नाम है ब्लैकी। आओ देखते हैं सौग कहो जहाँ है, नाल दी नाल सौग नूं देखना करांगे ते नाल दी नाल सौग ते रिएक्शन करदे आ। बड़े टाइम बाद कह लिए कि इन्हां दा सौग आया है ते पिछे दे कुछ हादसा भी वापरिया सी ते देखो सौग दे विच की गल करदे ने। आओ सौग नूं देखना करिए। ਸ਼ੌਂਕ ਜੋ ਪਾਲੇ ਨੀ ਡੰਡੂਆਂ ਕੋ ਪੋਗ ਦੇਣੀ ਕਹਿਣ ਤਾਂ ਹੀ ਸਾਰੇ ਨੀ ਜੀ ਬਹਿ ਗਿਆ ਕੈਸ਼ ਨੀ ਕਰੀ ਦੀ ਐਸ਼ ਨੀ ਕਿਸੇ ਚ ਰੋਂਦੇ ਹੱਥੇ ਚੱਲਦੀ ਕਲੈਸ਼ ਨੀ ਠੋਕੇ ਕਹਿੰਨੇ ਵਾਲ ਸ਼ੱਕੀ ਦੇ ਕਾਲੇ ਨੀ ਪੈਂਦਾ ਬਲੈਕੀ ਮੁੰਡਾ ਪੈਂਦਾ ਬਲੈਕੀ ਮੁੰਡਾ ਸ਼ੌਂਕ ਜੋ ਪਾਲੇ ਨੀ ਡੰਡੂਆਂ ਕੋ ਪੋਗ ਦੇਣੀ ਕਹਿਣ ਤਾਂ ਹੀ ਸਾਰੇ ਨੀ ਪੈਂਦਾ ਬਲੈਕੀ ਮੁੰਡਾ ਸ਼ੌਂਕ ਜੋ ਪਾਲੇ ਨੀ ਡੰਡੂਆਂ ਕੋ ਦੇਖੋ ਕਿੱਡਾ ਸੋਹਣਾ ਜਿਹਾ ਬੇਸਿਕਲੀ ਬੇ ਬੂਸਟ ਵਾਲਾ ਮਿਊਜ਼ਿਕ ਜਿਹੜਾ ਇਹਨਾਂ ਦਾ ਇਹਨਾਂ ਨੇ ਲਿਆ ਹੋਇਆ ਆਪਣੇ ਸੌਂਗ ਦੇ ਵਿੱਚ ਤੇ ਗੱਲ ਵੀ ਚੱਲ ਰਹੀ ਹੈ ਵੱਜਦਾ ਬਲੈਕੀ ਮੁੰਡਾ ਸ਼ੌਂਕ ਜੋ ਪਾ ਲਈ ਕਿ ਸ਼ੌਂਕ ਹੀ ਕਹਿੰਦੇ ਇਹੋ ਜਿਹਾ ਕਿ ਆਪਣੇ ਆਪ ਹੀ ਬਲੈਕੀ ਵੱਜਦਾ ਹੈ। ਇਸ ਕਰਕੇ ਕਿਸੇ ਵਕਤ ਇਹ ਹੁੰਦਾ ਹੈ, ਯਾਦ ਰੱਖਿਓ ਕਿ ਕਹਿਣ ਨੂੰ ਤੁਸੀਂ ਆਪਾਂ ਇੱਕ ਨਾ ਦੇਵ ਕਰੋੜ ਦੀ ਮੂਵੀ ਆਈ ਸੀ ਬਲੈਕੀ ਦਾ, ਤਾਂ ਉਹਦੇ ਵਿੱਚ ਬੜਾ ਸੋਹਣਾ ਉਹਨਾਂ ਦੇ ਮੈਸੇਜ ਸੀ ਉਹਨਾਂ ਦੇ ਵਿੱਚ ਕਿ ਕਹਿਣ ਨੂੰ ਸਾਰੇ ਬਲੈਕੀਆ ਕਹਿਣ ਲੱਗ ਪੈਂਦੇ ਨੇ, ਮਤਲਬ ਕਿ ਦੋ ਨੰਬਰੀ ਕਹਿਣ ਲੱਗ ਪੈਂਦੇ ਨੇ। ਪਰ ਜਦੋਂ ਕਹਿ ਲਈਏ ਕਿ ਤੁਹਾਡੇ ਸ਼ੌਂਕ ਹੀ ਇਹੋ ਜਿਹੇ ਹੁੰਦੇ ਨੇ, ਕਿਉਂਕਿ ਜਿਹੜਾ ਮਿਹਨਤਾਂ ਕਰਕੇ ਸ਼ੌਂਕ ਅਸੀਂ ਪਾਲੇ ਹੁੰਦੇ ਨਾ, ਅਤੇ ਕਈਆਂ ਨੂੰ ਲੱਗਦਾ ਹੈ ਕਿ ਇਹ ਬਲੈਕੀਆ ਇਹ ਤਾਂ ਦੋ ਨੰਬਰ ਦੀ ਕਮਾਈ ਕਰਦਾ ਹੈ। ਹਾਂ ਯਾਦ ਰੱਖਿਓ, ਜਦੋਂ ਤੁਸੀਂ ਮਿਹਨਤ ਅਗਲੇ ਸਟਰਗਲ ਕਰੋਗੇ ਅਤੇ ਦੇਖਣ ਵਾਲਿਆਂ ਕਈਆਂ ਨੂੰ ਤੁਹਾਡਾ ਇਹ ਲੱਗੇ ਅਗਲੇ ਦੀ ਹਾਰਡ ਵਰਕ ਕਰਦੇ ਕਰਦੇ ਮਿਹਨਤ ਲੱਗ ਜਾਂਦੀ ਹੈ, ਪਰ ਕਹਿਣ ਵਾਲੇ ਦੋ ਨੰਬਰੀਆ ਕਹਿ ਜਾਂਦੇ ਨੇ। ਸੋ ਇਸ ਕਰਕੇ ਮਿਹਨਤ ਕਰਦੇ ਰਹੋ ਅਤੇ ਕਹਿ ਲਈਏ ਕਿ ਸ਼ੌਂਕ ਸਾਡੇ ਇਹੋ ਜਿਹੇ ਕਿ ਵੱਜਦਾ ਆ, ਕਿ ਹੁੰਦਾ ਨਹੀਂ ਹੈ ਕਿਸੇ ਵਕਤ, ਕਿਉਂਕਿ ਕਈਆਂ ਦੇ ਇਸ ਤਰੀਕੇ ਦੇ ਨਾਲ ਹੁੰਦਾ ਕਿ ਸ਼ਕਲ ਨੂੰ ਮਤਲਬ ਕਿ ਸ਼ੌਂਕ ਇਹੋ ਜਿਹੇ ਹੁੰਦੇ ਨੇ ਕਿ ਲੋਕ ਕਹਿਣ ਲੱਗ ਪੈਂਦੇ ਜੀ ਇਹ ਬਲੈਕੀਆ ਨੇ, ਇਹ ਤਾਂ ਦੋ ਨੰਬਰੀ ਨੇ। ਸੋ ਇਸ ਕਰਕੇ ਆਪਣੇ ਸ਼ੌਂਕ ਪੂਰੇ ਕਰਦੇ ਰਹੋ, ਆਪਣਾ ਜੋ ਤੁਹਾਡਾ ਲੈਵਲ ਹੈ ਉਹ ਮਿਹਨਤ ਕਰਦੇ ਰਹੋ। ਕਿਸੇ ਦੇ ਕਹਿਣ ਦੇ ਨਾਲ ਤੁਸੀਂ ਬਲੈਕੀਆ ਬਣ ਨਹੀਂ ਚੱਲੇ, ਕਿਸੇ ਦੇ ਕਹਿਣ ਦੇ ਨਾਲ ਤੁਸੀਂ ਦੋ ਨੰਬਰੀਏ ਬਣ ਨਹੀਂ ਚੱਲੇ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਦੋ ਨੰਬਰੀ ਹੋ ਜਾਂ ਬਲੈਕੀ ਹੋ, ਇਹ ਯਾਦ ਰੱਖਿਓ। ਇਹ ਆਪਣੇ ਆਪ ਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਹੜਾ ਕੰਮ ਕਰ ਰਹੇ ਹਾਂ। ਆਓ ਅੱਗੇ ਦੇਖੀਏ। Keep it real in the ends, never leave crib where the ends. Me and that kid, we don't even need to pretend. Me and them boys, we ain't friends. Fade a cut ni, utto a yat ni, Gucci di belt nalo, ona var pat ni. Maade a rank ni, hundi bag bag ni. Lagge jo gal vare, majhe da slang ni. Aur vair sade na, sukke hal jale ni. Vajda blacki munda, ha. Vajda blacki munda, shauk jo paale ni. ਅੱਖੀ ਸਲਵ ਤੋਰਨੀ ਘੁੰਮ ਘੁੰਮ ਵੇਨੀਆ ਕਰਦੀਆਂ ਗੋਰਨੀ ਹਾ ਗੱਲ ਸੱਚ ਝੱਟ ਹੋਈ ਦਾ ਦਵਾਲੇ ਜੀ ਵੱਜਦਾ ਬਲੈਕੀ ਮੁੰਡਾ ਮੁੰਡਾ ਸ਼ੌਂਕ ਜੋ ਪਾਲੇ ਨੀ ਲੰਡੂਆਂ ਕੋ ਪੋਕ ਦੇਣੀ ਕਹਿਣ ਤਾਂ ਹੀ ਸਾਲੇ ਨੀ ਬੰਦਾ ਸਾਲੇ
myself, yeah, all of that one pack. I could be anywhere, feeling all right. Turn the game on the head, it's all mad at. I'm like, flashback, thought he got mad, then he didn't crack that. In and out, dolo, in a new mask. To the boys were on him and he crashed that. I'm like, yeah, to tarke hemati di, butter water pini, sambal ke kui sada, eri ai patini. ਸ਼ੌਂਕ ਜੋ ਪਾਲੇ ਨਹੀਂ ਲੱਡੂਆਂ ਕੋ ਪੁੱਗ ਦੇਣਾ ਤਾਂ ਹੀ ਕਹਿੰਦੇ ਸਾਲੇ ਨਹੀਂ ਕਹਿੰਦੇ ਕਈਆਂ ਦੇ ਕੋਲ ਸ਼ੌਂਕ ਪੁੱਗਦੇ ਨਹੀਂ ਹੁੰਦੇ ਤੇ ਜਿਹੜੇ ਪਗਾਉਂਦੇ ਹੁੰਦੇ ਉਹਨਾਂ ਨੂੰ ਬਲੈਕੀਆ ਕਹਿੰਦੇ ਹੁੰਦੇ ਜਿਹੜੇ ਕੋਈ ਕਰਕੇ ਮਿਹਨਤ ਅੱਗੇ ਵੱਧਦੇ ਹੁੰਦੇ ਨੇ ਉਹਨਾਂ ਨੂੰ ਦੋ ਨੰਬਰੀਆ ਕਹਿੰਦੇ ਹੁੰਦੇ ਨੇ ਯਾਰ ਦੇਖੋ ਇੱਥੋਂ ਕਈ ਵੀਰ ਜਿਹੜੇ ਇੱਥੋਂ ਫੋਰਨ ਕੰਟਰੀਆਂ ਬਾਹਰ ਜਾਂਦੇ ਨੇ ਦਿਨ ਰਾਤ ਅਗਲੇ ਲਾ ਕੇ ਮਿਹਨਤਾਂ ਕਰਦੇ ਨੇ ਬਸ ਫਰਕ ਇੰਨਾ ਹੁੰਦਾ ਕਿ ਇੰਡੀਆ 'ਚ ਮਿਹਨਤ ਦਾ ਮੁੱਲ ਨਹੀਂ ਮਿਲਦਾ ਉੱਥੇ ਮਿਹਨਤਾਂ ਦਾ ਮੁੱਲ ਮਿਲਦਾ ਹੈ ਅਤੇ ਜਦੋਂ ਉੱਥੋਂ ਦੀਆਂ ਮਿਹਨਤਾਂ ਦੇ ਮੁੱਲ ਪੈਂਦੇ ਨੇ ਤਾਂ ਉਹ ਪੈਸਾ ਜਦ ਘਰ ਆਉਂਦਾ ਹੈ ਘਰ ਦੇ ਵਿੱਚ ਕੋਈ ਵੱਡੀ ਕੋਠੀ ਪੈਂਦੀ ਹੈ ਜਾਂ ਕਾਰੋਬਾਰ ਵੱਧਦੇ ਵਾਲੇ ਫਿਰ ਇਹ ਕਹਿ ਜਾਂਦੇ ਨੇ ਕਿ ਯਾਰ ਉੱਥੇ ਦੋ ਨੰਬਰ ਦਾ ਕੰਮ ਕਰਦਾ ਹੋਊਗਾ ਯਾਰ ਅਗਲੇ ਦੀ ਮਿਹਨਤ ਤਾਂ ਦੇਖੋ ਬਸ ਫਰਕ ਇੰਡੀਆ ਦਾ ਇਹ ਸੀ ਇੱਥੇ ਮਿਹਨਤਾਂ ਦੇ ਮੁੱਲ ਨਹੀਂ ਇੰਨੇ ਪੈਂਦੇ ਹੁੰਦੇ ਸੀ ਅਤੇ ਉੱਥੇ ਮਿਹਨਤਾਂ ਦੇ ਜ਼ਿਆਦਾ ਮੁੱਲ ਪੈਣ ਕਰਕੇ ਅਗਲੇ ਨੇ ਘਰ ਬਣਾ ਲਿਆ ਸਟਰਗਲ ਕਰ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਦਾ ਪਰ ਕਹਿਣ ਵਾਲੇ ਬਲੈਕੀਆ ਕਹਿ ਜਾਂਦੇ ਨੇ ਕਹਿਣ ਵਾਲੇ ਦੋ ਨੰਬਰੀਆਂ ਕਹਿ ਜਾਂਦੇ ਨੇ ਪਰ ਯਾਦ ਰੱਖੋ ਤੁਸੀਂ ਜੀਵਨ ਦੇ ਵਿੱਚ ਆਪਣੀ ਮਿਹਨਤ ਕਰਦੇ ਰਹੋ ਸਟਰਗਲ ਕਰਦੇ ਰਹੋ ਇਹਨਾਂ ਨੇ ਗੱਲ ਕੀਤੀ ਕਿ ਮੈਂ ਪੱਟੀ ਤੋਂ ਹਾਂ ਅਤੇ ਇਹਨਾਂ ਦੇ ਤਰਨ ਤਾਰਨ ਸਾਹਿਬ ਦੇ ਲਾਗੇ ਪੱਟੀ ਸ਼ਹਿਰ ਪੈਂਦਾ ਹੈ ਅਤੇ ਪੱਟੀ ਤੋਂ ਇਹ ਅਤੇ ਆਪਣਾ ਲਖਵਿੰਦਰ ਸਿੰਘ ਟੀਟੀ ਮੈਂ ਆਪਣੇ ਨਾਮ ਦੇ ਨਾਲ ਲਾਉਂਦਾ ਤਰਨ ਤਾਰਨ ਤੋਂ ਹੀ ਆਪਾਂ ਹਾਂ ਸੋ ਬਹੁਤ ਹੀ ਇਹਨਾਂ ਦਾ ਸੋਹਣਾ ਪਿਆਰਾ ਗਾਣਾ ਹੈ ਅਤੇ ਪਤਾ ਨਹੀਂ ਪਿੱਛੇ ਜੇ ਲਾਈਵ ਸ਼ੋਅ ਦੇ ਵਿੱਚ ਇੱਕ ਹਾਦਸਾ ਹੋਇਆ ਸੀ ਕਿ ਕੀ ਸਾਬਤਾ ਸੀ ਚਲੋ ਉਸ ਵੀਰ ਨੇ ਅੱਗੇ ਮਾਫ਼ੀ ਵੀ ਮੰਗ ਲਈ ਸੀ ਪਰ ਯਾਦ ਰੱਖਿਓ ਲਾਈਵ ਸ਼ੋਅ ਦੇ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਯਾਰ ਕਿਉਂ ਦੇਖੋ ਤੁਸੀਂ ਗਾ ਰਹੇ ਹੋ ਤੁਸੀਂ ਆਪਣੇ ਹਿਸਾਬ ਦੇ ਨਾਲ ਗਾ ਰਹੇ ਹੋ ਅਗਲਾ ਗਾ ਰਿਹਾ ਅਗਲਾ ਆਪਣੇ ਹਿਸਾਬ ਦੇ ਨਾਲ ਗਾ ਰਿਹਾ ਪਰ ਜੇ ਤੁਸੀਂ ਵਿੱਚ ਆ ਕੇ ਅਗਲੇ ਦੇ ਇੰਟਰਫੇਅਰ ਕਰਕੇ ਤੁਸੀਂ ਲਾਈਵ ਸ਼ੋਅ ਦੇ ਵਿੱਚ ਪਬਲਿਕ ਸਿਟੀ ਦੇ ਵਿੱਚ ਤੁਸੀਂ ਉਹਨੂੰ ਕੁਝ ਇਸ ਤਰੀਕੇ ਦੇ ਨਾਲ ਕਰਦੇ ਹੋ ਉਹ ਗਲਤ ਗੱਲ ਹੈ ਹਾਂ ਆਪਣੀ ਤੁਹਾਡੀ ਤੀਜੀ ਗੱਲ ਹੈ ਤੁਸੀਂ ਵੀ ਗਾਣੇ ਲਿਖ ਕੇ ਗਾ ਰਹੇ ਹੋ ਉਹ ਵੀ ਅਗਲਾ ਗਾਣਾ ਲਿਖ ਕੇ ਗਾ ਰਹੇ ਅਤੇ ਲਿਖ ਲਿਖ ਕੇ ਗਾ ਗਾ ਕੇ ਤੁਸੀਂ ਸੁਣਾਈ ਜਾਓ ਪੇਸ਼ ਕਰੀ ਜਾਓ ਜਨਤਾ ਨੇ ਆਪੇ ਸਮਝ ਲੈਣਾ ਪਰ ਇਸ ਤਰੀਕੇ ਦੇ ਨਾਲ ਬਿਹੇਵ ਕਰਨਾ ਇਹ ਗਲਤ ਹੈ ਸੋ ਇਸ ਕਰਕੇ ਬਹੁਤ ਸੋਹਣੇ ਇਹਨਾਂ ਦੇ ਸੌਂਗ ਹੁੰਦੇ ਨੇ ਅਤੇ ਕਹਿ ਲਈਏ ਕਿ ਵਧੀਆ ਲੱਗਾ ਸੌਂਗ ਕਿ ਜੀਵਨ ਦੇ ਵਿੱਚ ਕੁਝ ਕਰੋ ਦੇਖਣ ਵਾਲੇ ਭਾਵੇਂ ਤੁਹਾਨੂੰ ਦੋ ਨੰਬਰੀਏ ਕਹਿਣ ਬਲੈਕੀਆ ਕਵੇ ਕੁਝ ਵੀ ਕਹੀ ਜਾਣ ਪਰਵਾਹ ਨਾ ਕਰੋ ਆਪਣੀ ਮਿਹਨਤ ਕਰਨੀ ਨਾ ਛੱਡੋ ਭਾਵ ਕਿ ਕਿਸੇ ਵੱਲ ਵੇਖ ਕੇ ਆਪਣੇ ਵਿੱਚ ਨੈਗੇਟਿਵਿਟੀ ਨਾ ਲੈ ਕੇ ਆਓ ਕਹਿਣ ਨੂੰ ਕਹਿਣ ਵਾਲੇ ਬੜੇ ਹੁੰਦੇ ਨੇ ਜਿਵੇਂ ਦਰੇਵ ਕਰੋੜ ਦੀ ਬਲੈਕੀਆ ਮੂਵੀ ਸੀ ਉਹਨਾਂ ਨੇ ਵੀ ਉਹਦੇ ਵਿੱਚ ਦੇਖੋ ਦੇਖਣ ਨੂੰ ਉਹ ਲੱਗਦੇ ਸੀ ਪਰ ਜੀਵਨ ਦੇ ਵਿੱਚ ਉਹਨਾਂ ਦੇ ਕਰਮ ਜਿਹੜੇ ਸੀ ਨਾ ਕਿਸੇ ਪ੍ਰਤੀ ਕਿਸੇ ਗਰੀਬ ਪ੍ਰਤੀ ਜਾਂ ਕਿਸੇ ਦੇ ਭਾਵਨਾ ਪ੍ਰਤੀ ਜਦੋਂ ਉਹਨਾਂ ਦੀ ਫੀਲਿੰਗ ਸੀ ਉਹ ਬਹੁਤ ਵਧੀਆ ਫੀਲਿੰਗ ਸੀ ਸੋ ਇਸ ਕਰਕੇ ਲੱਗਣ ਨੂੰ ਬੜਾ ਕੁਝ ਲੱਗ ਜਾਂਦਾ ਹੈ ਪਰ ਕਰਮਾਂ ਦੇ ਵਿੱਚੋਂ ਪਤਾ ਲੱਗਦਾ ਹੈ ਬੰਦਾ ਹੁੰਦਾ ਕਿਹੋ ਜਿਹਾ ਕੋਲ ਲਾਗੇ ਬੈਠਣ ਦੇ ਨਾਲ ਬੰਦਾ ਪਤਾ ਲੱਗਦਾ ਹੈ ਬੰਦਾ ਹੁੰਦਾ ਕਿਹੋ ਜਿਹਾ ਸੋ ਬਹੁਤ ਵਧੀਆ ਸੌਂਗ ਆਪ ਜੀ ਦੱਸਣਾ ਕਰਨਾ ਆਪ ਜੀ ਨੇ ਸੌਂਗ ਕਿਵੇਂ ਦਾ ਲੱਗਾ ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਜੇ ਆਪ ਜੀ ਮੇਰੇ ਚੈਨਲ ਦੇ ਨਵੇਂ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਤੱਕ ਪਹੁੰਚ ਰਹੇ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੈ ਉਦੋਂ ਤੱਕ ਪਲੀਜ਼ ਸਤਿ ਸ਼੍ਰੀ ਅਕਾਲ।